ਆਦਾਬ ਨਮਸਤੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਲੋ ਜੀ ਨਵੇਂ ਸਾਲ ਦੇ ਵਿੱਚ ਮੁਬਾਰਕ ਤੁਹਾਨੂੰ ਨਵਾਂ ਸਾਲ ਤੇ ਲੈ ਕੇ ਆ ਗਏ ਜੀ ਜੀ ਜਨਾਬ ਜੀ ਜਨਾਬ ਤੇ ਜੀ ਜਨਾਬ ਜੈ ਹਿੰਦ ਬੇਟਾ ਮੈਨੂੰ ਇੱਕ ਚੀਜ਼ ਦੱਸੋ ਹਾਂਜੀ ਪੁੱਛੋ ਤੁਸੀਂ ਸਾਰੇ ਸੋਹਣੇ ਕੋ ਲੱਗ ਰਹੇ ਹੋ ਹਾਂਜੀ ਸਰ ਅਸੀਂ ਹੈਗੇ ਆ ਤੁਸੀਂ ਸਰ ਤੁਸੀਂ ਮੈਨੂੰ ਵੀ ਇੱਕ ਗੱਲ ਦੱਸੋ ਕੀ ਮਤਲਬ ਹੈ ਤੇਰਾ ਮੈਂ ਕਿਹਾ ਸਰ ਤੁਸੀਂ ਵੀ ਹੈਗੇ ਆ ਤੁਸੀਂ ਵੀ ਸੋਹਣੇ ਲੱਗ ਰਹੇ ਤੁਸੀਂ ਦੇਖ ਨਹੀਂ ਸਕਦੇ ਮੈਨੂੰ ਵੀ ਇੱਕ ਗੱਲ ਦੱਸੋ ਜੀ ਤੁਸੀਂ ਕਿਉਂ ਸੋਹਣੇ ਲੱਗ ਰਹੇ ਜੀ ਬੇਟਾ ਮੈਂ ਹੈਗਾ ਅੱਛਾ ਤੁਹਾਨੂੰ ਟਾਈਮ ਲੱਗਦਾ ਥੋੜਾ ਜਿਹਾ ਸੋਹਣੇ ਹੋਣ ਵਾਸਤੇ ਤੁਹਾਨੂੰ ਪੈਸੇ ਖਰਚਣੇ ਪੈਂਦੇ ਮੈਨੂੰ ਨਹੀਂ ਖਰਚਣੇ ਪੈਂਦੇ ਖਲੋ ਜੀ ਇੱਕ ਮਿੰਟ ਸਰ ਸੋ ਕੀ ਹਾਲ ਚਾਲ ਹੈ ਜੀ ਤੁਹਾਡੇ ਸਾਰਿਆਂ ਦਾ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਇੱਕ ਵਾਰੀ ਫੇਰ ਪਰਮਾਤਮਾ ਕਰੇ ਜਿਹੜਾ ਨਵਾਂ ਸਾਲ ਆ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੇ ਪਰਿਵਾਰ ਵਾਸਤੇ ਤੁਹਾਡੇ ਵਾਸਤੇ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਪਰਮਾਤਮਾ ਇਹੀ ਸਾਡੇ ਦਿਲ ਦੀ ਦੁਆ ਹੈ ਤੇ ਤੇਰੀ ਦਵਾਈ ਲਿਆਂਦੀ ਹੈ ਤੂੰ ਆਪਣੀ ਮੈਂ ਫਿਰ ਖਾ ਲਈ ਤੂੰ ਤੁਹਾਨੂੰ ਚਾਹੀਦੀ ਸੀ ਮੈਂ ਤੇਰੀ ਦਵਾਈ ਕਿਉਂ ਖਾਣੀ ਹਾਏ ਸਰ ਮੈਨੂੰ ਲੱਗਾ ਛੱਡੋ ਸਰ ਮੈਨੂੰ ਦਵਾ ਦਵਾ ਦਿਓ ਹੈ ਦਵਾ ਦਵਾ ਦਿਓ ਕੀ ਤੇਰੀ ਨਹੀਂ ਹਕੀਮ ਨਾ ਬਣਦੀ ਹੁਣ ਸਰ ਨਹੀਂ ਨਹੀਂ ਹੁਣ ਮੈਨੂੰ ਤੈਨੂੰ ਦਵਾ ਦਵਾ ਦਿਓ ਬ੍ਰੇਕਅਪ ਹੋ ਗਿਆ ਮੇਰਾ ਕੀ ਉਹ ਬੇਟਾ ਅੱਜ ਦੇਖੋ ਇੰਨਾ ਸੋਹਣਾ ਮਤਲਬ ਇੰਨਾ ਵਧੀਆ ਮਾਹੌਲ ਬਣਿਆ ਹੋਇਆ ਹਾਂਜੀ ਅੱਜ ਅਸੀਂ ਸਾਰੇ ਇਸ ਕਰਕੇ ਕਿ ਸਾਡਾ ਪਹਿਲਾ ਐਪੀਸੋਡ ਹੈ 2019 ਦਾ ਤੇ ਸਾਨੂੰ ਸਾਰਿਆਂ ਨੂੰ ਸੋਹਣੇ ਬਣ ਗਏ ਉਦਾਂ ਦਾ ਸੋਹਣੇ ਅਸੀਂ ਪਹਿਲੇ ਵੀ ਆ ਜਰਾ ਦੇਖੋ ਠਾਣਾ ਕੈਸਾ ਸਜਾਇਆ ਠਾਣਾ ਵੈਰੀ ਬਿਊਟੀਫੁਲ ਇਹ ਬੱਚੇ ਨੇ ਆਪ ਤੁਸੀਂ ਮੰਨੋਗੇ ਘੋੜੀ ਲਾ ਕੇ ਇਹ ਲੜੀਆਂ ਲਾਈਆਂ ਸਾਰੀਆਂ ਇਹ ਇੰਨਾ ਮਿਹਨਤੀ ਆ ਤੁਸੀਂ ਯਕੀਨ ਮੰਨੋ ਦੋ ਤਿੰਨ ਵਾਰੀ ਘੋੜੀ ਤੇ ਥੱਲੋਂ ਖਿਸਕ ਵੀ ਗਈ ਹੈ ਇਹਨੂੰ ਮੈਂ ਕਿਹਾ ਥੱਲੇ ਘੋੜੀ ਲਾਣੀ ਹੈ ਓਰੀਜਨਲ ਘੋੜੀ ਲਾਇਆ ਉਹ ਤੇ ਚੜ ਕੇ ਲਾਉਣ ਲੱਗ ਗਿਆ ਉਹ ਫਟੇ ਮੂੰਹ ਤੇਰਾ ਓਏ ਉਹ ਬੇਵਕੂਫਾ ਦੂਸਰੀ ਚਾਹੀਦੀ ਸੀ ਜਿੱਤੇ ਚੜ ਕੇ ਕਲੀ ਕਰਦੇ ਆ ਸਭ ਤੋਂ ਦੋ ਕੁ ਡਾਲਰ ਦੇ ਪਈ ਹੈ ਦੋ ਕੁ ਡਾਲਰ ਦੇ ਪਈ ਬਾਅਦ ਤੇਰੀ ਸ਼ਕਲ ਮੰਗਤੇ ਵਾਲੀ ਚੁੱਕਦਾ ਨਹੀਂ ਫਿਰ ਚੁੱਕਣ ਲੱਗਾ ਤੇ ਬੇਟਾ ਇਹ ਧਾਰ ਵਾਲੀਆਂ ਐਨਕਾਂ ਲਾ ਕੇ ਨਾ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਡੈਸ਼ਿੰਗ ਹੀ ਲੱਗੇ ਸਰ ਮੈਂ 1500 ਕਿਤੇ ਖਰਚ ਕੀਤਾ ਵਾਲਾਂ ਤੇ ਜੀ ਵਾਹ 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 ਉਹਦੇ ਚੋਂ 250 ਕੱਢ ਕੇ ਕਿਤੇ ਮੂੰਹ ਤੇ ਵੀ ਖਰਚ ਕਰ ਲੈਂਦਾ ਤੇ ਤੈਨੂੰ ਮੈਨੂੰ ਲੱਗਦਾ ਕਿ ਗੱਲ ਬਣ ਜਾਣੀ ਸੀ ਕਿਤੇ ਨਾ ਕਿਤੇ ਜੀ ਸਰ ਇਹ ਕੁਦਰਤੀ ਆ ਕੌਣ ਕੁਦਰਤੀ ਰੰਗ ਦੋ ਹੀ ਰੰਗ ਹੋਏ ਨੇ ਅੱਛਾ ਇੱਕ ਗੋਰਾ ਇੱਕ ਕਾਲਾ ਇੱਕ ਬ੍ਰਾਊਨ ਜਿੱਦਾਂ ਤੇਰੀ ਸ਼ਕਲ ਤੇਰਾ ਰੰਗ ਤੋਤੀਆ ਹੋਣਾ ਚਾਹੀਦਾ ਤੈਨੂੰ ਆਮ ਕੋਈ ਰੰਗ ਹੀ ਨਾ ਸੈੱਟ ਬੈਠੇ ਤੋਤੀਆ ਰੰਗ ਹੋਵੇ ਤੇਰਾ ਸਰ ਤੋਤੀਆ ਗੱਲਾਂ ਨਾ ਧੁੱਪ ਚ ਉੱਡ ਜਾਂਦਾ ਹਾਂ ਤਾਂ ਨਹੀਂ ਉਹ ਸੂਟ ਬੈਠਾ ਮੈਨੂੰ ਅੱਛਾ ਤੈਨੂੰ ਕਿੱਦਾਂ ਪਤਾ ਤੋਤੀਆ ਕਲਰ ਧੁੱਪ ਚ ਉੱਡ ਜਾਂਦਾ ਉਹ ਮੈਂ ਇੱਕ ਵਾਰੀ ਟੀ-ਸ਼ਰਟ ਲੈਣ ਗਿਆ ਸੀ ਕਿਸੇ ਤੋਂ ਜੀ ਮੈਂ ਕਿਹਾ ਉੱਡਵਾਂ ਜਿਹਾ ਕਲਰ ਦੇਈ ਉਹ ਦੋ ਕੁ ਧੁੱਪ ਆਏ ਉਹ ਰੰਗ ਉੱਡ ਗਿਆ ਸੀਗਾ ਜੀ ਅੱਛਾ ਰੰਗ ਉੱਡ ਗਿਆ ਹਾਂ ਤਾਂ ਹੀ ਫਿਰ ਮੈਂ ਕਿਹਾ ਇਹ ਹੁਣ ਲਾ ਲਓ ਅੱਖਾਂ ਚੋਂ ਕਿ ਮੈਂ ਤੁਹਾਡੀਆਂ ਅੱਖਾਂ ਚੋਂ ਅੱਜ ਉਂਗਲਾਂ ਮਾਰਾਂਗਾ ਤੇ ਲਾਉਂਗੇ ਸੋਹਣਾ ਲੱਗਿਆ ਮਤਲਬ ਇੱਕ ਇੰਸਪੈਕਟਰ ਬੰਦਾ ਬੈਠਾ ਸਾਹਮਣੇ ਐਸਾ ਚੋਂ ਬੰਦਾ ਬੈਠਾ ਤੇ ਤੈਨੂੰ ਇਹ ਨਹੀਂ ਪਤਾ ਕਿ ਤੂੰ ਐਨਕਾਂ ਲਾ ਕੇ ਉਹਦੇ ਨਾਲ ਗੱਲਾਂ ਕਰ ਸਕਦਾ ਸਰ ਇਹ ਕਿਹੜਾ ਗਾਲਾਂ ਕੱਢਣ ਡਈਆਂ ਹਾਏ ਸਰ ਮਤਲਬ ਗਾਲਾਂ ਪੁੱਤਰ ਤੂੰ ਕੱਢ ਵੀ ਨਹੀਂ ਸਕਦਾ ਮੈਂ ਉਦਾਂ ਗੱਲਾਂ ਪਤਾ ਨਹੀਂ ਜੀ ਕਹਿਣ ਦੀਆਂ ਗੱਲਾਂ ਜੀ ਗਾਲਾਂ ਤੂੰ ਇਸ ਕਰਕੇ ਨਹੀਂ ਲਓ ਜੀ ਆਹ ਰੱਖ ਦਿੱਤੀਆਂ ਤੁਹਾਨੂੰ ਦਾਨ ਕਰ ਦਿੱਤੀਆਂ ਜੀ ਲਓ ਹਾਂ ਲਓ ਜੀ ਰਿਸ਼ਵਤ ਤੁਹਾਨੂੰ ਦੇਤੀਆਂ ਨਵੇਂ ਸਾਲ ਤੇ ਬਸ ਜੀ ਰੱਖ ਲਓ ਨਾ ਨਾ ਮਨਾ ਨਾ ਕਰੋ ਰੱਖ ਲਓ ਬਸ ਮੈਨੂੰ ਲੱਗਦਾ ਨਾ ਨਾ ਬਸ ਜੀ ਹੁਣ ਰੱਖ ਲਓ ਬਸ ਇੱਕ ਵਾਰੀ ਜੇ ਪਾ ਲਓ ਬਸ ਰੱਖ ਲਓ ਮੈਨੂੰ ਲੱਗਦਾ ਜੀ ਇਹ ਸਸਤੀ ਹੈਆਂ ਤਾਂ ਰੱਖਦੀਆਂ ਇਹਨੇ ਨਹੀਂ ਸਰ ਬਸ ਸੁਣ ਮੈਂ ਕੁਝ ਨਹੀਂ ਸੁਣਨਾ ਇਹ ਨਾ ਕਹੋ ਵੀ ਤੁਸੀਂ ਕੋਈ ਗੱਲ ਨਹੀਂ ਬਸ ਹੁਣ ਰੱਖ ਲਓ ਬੇਟਾ ਮੇਰੇ ਭਰਾ ਵੱਲੋਂ ਛੋਟੇ ਵੱਲੋਂ ਪਿਆਰ ਆ ਜੀ ਉਹ ਗੱਲ ਸੁਣਨਾ ਸਾਹਿਬ ਜੀ ਦੀ ਇਹਦਾ ਮਤਲਬ 2019 ਚ ਤੂੰ ਹੀ ਬੋਲਣਾ ਅੱਛਾ ਨਹੀਂ ਮੈਂ ਬੇਟਾ ਤੁਹਾਨੂੰ ਇਹ ਕਹਿ ਰਿਹਾ ਹਾਂ ਕਿ ਤੁਸੀਂ ਲੈ ਗੱਲ ਭਲਾਤੀ ਨੇ ਹਾਈ ਜੀ ਲੈ ਮੈਂ ਇੱਕ ਗੱਲ ਨੋਟ ਕੀਤੀ ਆ ਸਰ ਮੈਂ ਨਾ ਸਕੂਟਰ ਆ ਤੂੰ ਗੱਲ ਹੀ ਨੋਟ ਕਰੀ ਕਦੀ ਜ਼ਿੰਦਗੀ ਚ ਨੋਟ ਨਾ ਕਮਾਲੀ ਕਦੇ ਗਲਤੀ ਨਾ ਹਾਈ ਸਰ ਜਿਹਦਾ ਸਕੂਟਰ ਦੇ ਥੱਲੇ ਸਟੈਂਡ ਨਹੀਂ ਲੱਗਾ ਹੁੰਦਾ ਮੋਟਰਸਾਈਕਲ ਦੇ ਨਾਲ ਸਟੈਂਡ ਲੱਗਾ ਹੁੰਦਾ ਐਨਕ ਦੇ ਨਾਲ ਸਟੈਂਡ ਦੇਖਿਆ ਤੁਸੀਂ ਕਦੀ ਨਹੀਂ ਉਹ ਦੇਖੋ ਜਦੋਂ ਉਹਨੇ ਸਪੈਸ਼ਲੀ ਬਣਵਾਇਆ ਟਿਕਾ ਸਕਦਾ ਉੱਥੇ ਤੇ ਕਦੀ ਵੀ ਉਹ ਹਾਂ ਮੰਨ ਗਈ ਹਾਈ ਦਿਲ ਦਾ ਹੈ ਮਾੜਾ ਸਿੱਧ ਮੂਸੇ ਵਾਲਾ ਇਹ ਸ਼ਕਲ ਉਹ ਵੀ ਮਾੜਾ ਉਹ ਵਾਲਾ ਲਾ ਦੇ ਲੱਕ 28 ਇਹਨਾਂ ਦਾ ਟੱਪਰ ਪੂਰਾ ਮਾੜਾ ਮੈਂ ਪੁੱਤਰ ਕੱਲੇ ਕੱਲੇ ਦੀ ਇੰਟਰੋਡਕਸ਼ਨ ਦਿੱਤੀ ਹੈ ਨਾ ਕਿ ਕੌਣ ਕੌਣ ਪਤਾ ਲੱਗ ਇਹਨਾਂ ਦੀ ਸ਼ਕਲ ਵੇਖ ਕੇ ਲੱਗਦਾ ਪਿਆ ਸਾਡਾ ਵਾਹ 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 ਤੁਹਾਨੂੰ ਜ਼ਿਆਦਾ ਪਿਆ ਸਾਡਾ ਤੁਹਾਡੀ ਸਿਹਤ ਖਰਾਬ ਹੈ ਸਰਦੀਆਂ ਚ ਪੀਆ ਕਰੋ ਕਾੜਾ ਇਧਰ ਆਇਓ ਤੁਹਾਡਾ ਸਿਰ ਪਾੜਾ ਆ ਬਟਨ ਤਾਂ ਲਾ ਕੇ ਦਿਖਾਈ ਇਹ ਵੀ ਨਹੀਂ ਲੱਗਦਾ ਹੈ ਇਹ ਵੀ ਨਹੀਂ ਲੱਗਦਾ ਕੁਝ ਵੀ ਨਹੀਂ ਲੱਗਦਾ ਮੈਨੂੰ ਕੁਝ ਲੱਗਦਾ ਹੀ ਨਹੀਂ ਬਸ ਇੱਕ ਹੀ ਚੀਜ਼ ਲੱਗਦੀ ਮੈਨੂੰ ਖਾਣਾ ਨਾ ਤੈਨੂੰ ਲੂਜ਼ ਮੋਸ਼ਨ ਵੀ ਬਹੁਤ ਲੱਗਿਆ ਮੈਂ ਦੇਖਿਆ ਮਰ ਜਾਣਾ ਉਹ ਕੋ ਲੱਗ ਜਾਂਦਾ ਤੈਨੂੰ ਪੂੰਬੜੇ ਰੰਗ ਦੀ ਸ਼ਰਟ ਪਾ ਕੇ ਪਤਾ ਨਹੀਂ ਕੀ ਸਮਝਿੰਦਾ ਉਹ ਚਲੋ ਛੱਡੋ ਅੱਜ ਵੀ ਬੇਇੱਜ਼ਤੀਆਂ ਕਰਨੀਆਂ ਇੱਕ ਦੂਸਰੇ ਦੀਆਂ ਉਹੀ ਅੱਜ ਜਸ਼ਨ ਦਾ ਟਾਈਮ ਹੈ ਅੱਜ ਖੁਸ਼ੀਆਂ ਮਨਾਉਣ ਦਾ ਟਾਈਮ ਹੈ ਸਾਲ ਦਾ ਪਹਿਲਾ ਦਿਨ ਹੈ ਹਾਂਜੀ ਸਰ ਖੁਸ਼ ਹੋ ਤੂੰ ਵੀ ਖੁਸ਼ ਹੋ ਓਏ ਲੋਕਾਂ ਦੇ ਜੇਬ ਚੋਂ ਪੈਸੇ ਕੱਢਣ ਵਾਲਿਆ ਮੰਗਾ ਲਓ ਫਿਰ ਕੁਝ ਤਾਂ ਹੀ ਹੋਵਾਂਗਾ ਜੀ ਐ ਕਿਵੇਂ ਕੋਈ ਹੋਈ ਲਿਆਓ ਸਰ ਟੋਲੀ ਮੰਗਾ ਕੇ ਲਵਾਂ ਮੈਂ ਤੇਰੇ ਲਈ ਸਰ ਲਿਆਓ ਟੋਲੀ ਨੂੰ ਹੈ ਲਿਆਓ ਟੋਲੀ ਨੂੰ ਸੌਸ ਮੰਗਾਓ ਸਰ ਸੌਸ ਹੈ ਮੈਂ ਵੱਖਰੀ ਨਾ ਮੁੰਡਿਆਂ ਦੀ ਟੋਲੀ ਮੰਗਾ ਲਾ ਇੱਕ ਉਹਦੇ ਤੋਂ ਛਪੇੜਾ ਪਾਵਾਂ ਚਾ ਕੁੰਡੀਆਂ ਕਰਾਈਆਂ ਤੇਰੇ ਕਰਕੇ
ਮੁੱਛਾਂ ਖੁੰਡੀਆਂ ਕਰਾਈਆਂ ਤੇਰੇ ਕਰਕੇ ਦੇਖੋ ਠਾਣੇ ਵਿੱਚ ਠਾਣੇ ਵਿੱਚ ਚੱਲਦੇ ਨੇ ਪਰਚੇ ਦੇਖੋ ਬੋਲ ਪੈ ਛੋਟੇ ਛੋਟੇ ਚਰਖੇ ਦੇਖੋ ਬੋਲ ਪੈ ਛੋਟੇ ਛੋਟੇ ਚਰਖੇ ਓਏ ਤੂੰ ਕੀ ਕਹਿਣੀ ਨਖਰਾ ਤਲਵਾਰ ਵਰਗਾ ਹਾਂਜੀ ਸਰ ਪੁੱਤਰ ਚੈੱਕ ਕਰਾ ਤੇਰਾ ਮੂੰਹ ਵੀ ਤਲਵਾਰ ਵਰਗਾ ਅਗੋ ਟੇਟਾ ਸਰ ਤਾਂ ਹੀ ਤੇ ਨਖਰਾ ਤਲਵਾਰ ਵਰਗਾ ਸਰ ਪੁੱਤਰ ਤੂੰ ਤੇ ਨਖਰਾ ਮਾਰ ਕੇ ਤੂੰ ਤੇ ਕਿਤਾਬ ਪਾੜ ਸਕਦੀ ਹੈ ਸਰ ਮੈਂ ਨਖਰਾ ਮਾਰ ਕੇ ਨੱਕ ਵੀ ਪਾੜ ਸਕਦੀ ਹਾਂ ਇੰਨਾ ਲੱਗ ਤੈਨੂੰ ਕਰਨ ਕਿੰਨਾ ਦੇਣਾ ਮਿਊਜ਼ਿਕ ਦੀ ਲੈ ਤੇ ਸਾਡੀ ਕੱਟਣ ਵਾਲਿਓ ਹੈਲੋ ਹੈਲੋ ਸੁਣਾਓ ਕੀ ਹਾਲ ਪਾਲੀ ਭਾਜੀ ਵਧੀਆ ਜੀ ਵਧੀਆ ਸਰ ਟੀਵੀ ਦਾ ਵੋਲਿਊਮ ਜਰਾ ਘੱਟ ਕਰ ਦਿਓ ਮੁਬਾਰਕ ਮਹਾਰਾਜ ਤੁਹਾਨੂੰ ਬਹੁਤ ਮੁਬਾਰਕ ਹੁਣ ਮੈਂ ਰੋਜ਼ ਤੁਹਾਡਾ ਪ੍ਰੋਗਰਾਮ ਦੇਖਦਾ ਪਰ ਮੈਂ ਕਾਲ ਅੱਜ ਹੀ ਤੁਹਾਨੂੰ ਕੀਤੀ ਆ ਚਲੋ ਬੜੀ ਮਿਹਰਬਾਨੀ ਜੀ ਬੜਾ ਤੁਸੀਂ ਪੈਸਾ ਜੋੜ ਕੇ ਅੱਜ ਸਾਡੇ ਨਾਲ ਬੜੀ ਹਿੰਮਤ ਦਿਖਾਈ ਸਾਨੂੰ ਫੋਨ ਕੀਤਾ ਬੜੀ ਮਿਹਰਬਾਨੀ ਉਹਦੇ ਲਈ ਹਾਂਜੀ ਹਾਂਜੀ ਜੇ ਸ਼ੁਰੂ ਹੋਈ ਤੇ ਤੂੰ ਕਾਫੀ ਲਾਣ ਜਾਣਾ ਸੀ ਗਿਆ ਨੀ ਤੂੰ ਕਾਫੀ ਲਾਣਾ ਨਾ ਨਾ ਉੱਥੇ ਸਿਰ ਕਾਫੀ ਵਾਲਾ ਖਾਲੀ ਗਲਾਸ ਸੀ ਸਰ ਤੁਸੀਂ ਤਾਂ ਨਹੀਂ ਦਿੱਤਾ ਖਾਲੀ ਗਲਾਸ ਸੀ ਸਰ ਕਾਫੀ ਵਾਲਾ ਲਓ ਜੀ ਸਰ ਕੇਟਰਿੰਗ ਦੀ ਮੇਨ ਹੈੱਡ ਤੇ ਆ ਕੇਟਰਿੰਗ ਦੀ ਇਹਦਾ ਤਾਂ ਕਾਗਜ਼ ਘੁੰਮਦੇ ਨੇ ਸਰ ਕੇਟਰਿੰਗ ਚ 2019 ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤੁਸੀਂ ਹੱਸੋ ਗਾਓ ਇੰਜੋਏ ਕਰੋ ਲਾਈਫ ਦੇ ਵਿੱਚ ਕਿਉਂਕਿ ਸਮੇਂ ਦਾ ਪਤਾ ਨਹੀਂ ਹੁੰਦਾ ਲੇਕਿਨ ਹਮੇਸ਼ਾ ਤੁਸੀਂ ਖੁਸ਼ ਰਹਿਣਾ ਹਰ ਪਲ ਨੂੰ ਜਿਉਣਾ ਪੂਰੀ ਜ਼ਿੰਦਗੀ ਵਾਂਗ ਤੇ ਅਸੀਂ ਹੁਣ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਹੋਪ ਕਰਦੇ ਹਾਂ ਕਿ ਜਿਹੜਾ 2019 ਦਾ ਪਹਿਲਾ ਐਪੀਸੋਡ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਸਾਡੇ ਨਾਲ ਭੰਗੜਾ ਬਣਾਓ ਕਹੋ ਜਿਹੜਾ ਡੀਜੇ ਵਾਲੇ ਨੂੰ ਲਵਾਇਆ ਜਰਾ ਬਾਬੂ ਮੇਰਾ ਗਾਣਾ ਚਲਾ ਦੇ ਤੇਰਾ ਗਾਣਾ ਕਿਹੜਾ ਚਲਾ ਦੇ